ਪੁਲਿਸ ਕਸਟਡੀ ਵਿੱਚ ਹੋਈ 22 ਸਾਲ ਦੇ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੀ ਗੁੱਥੀ ਲਗਾਤਾਰ ਉਲਝਦੀ ਜਾ ਰਹੀ ਹੈ। ਇਸ ਕੇਸ ਨਾਲ ਵਿਵਾਦਾਂ 'ਚ ਘਿਰੀ ਫਰੀਦਕੋਟ ਪੁਲਿਸ ਲਗਾਤਾਰ ਮਾਮਲੇ ਨਾਲ ਜੁੜੇ ਪਹਿਲੂਆਂ ਨੂੰ ਲੁਕੋ ਰਹੀ ਹੈ। ਨਾਲ ਹੀ ਨਰਿੰਦਰ ਸਿੰਘ ਦੀ ਆਤਮ ਹੱਤਿਆ 'ਤੇ ਵੀ ਸਵਾਲ ਉੱਠਣ ਲੱਗੇ ਨੇ। ਜਸਪਾਲ ਸਿੰਘ ਦੇ ਪਰਿਵਾਰ ਅਤੇ ਮੀਡੀਆ ਦੇ ਦਬਾਅ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਨਵਾਂ ਖੁਲਾਸਾ ਕਰਦੇ ਹੋਏ ਸੀਸੀਟੀਵੀ ਫੁਟੇਜ ਮੀਡੀਆ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਹੈ, ਜਿਸ ਵਿੱਚ ਮ੍ਰਿਤਕ ਜਸਪਾਲ ਸਿੰਘ ਆਤਮ ਹੱਤਿਆ ਕਰਦਾ ਦਿਖਾਈ ਦਿੰਦਾ ਹੈ। ਸੀਆਈਏ ਸਟਾਫ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਦੇ ਮੁਤਾਬਕ ਰਾਤ ਨੂੰ 11 ਵਜੇ ਸੀਆਈਏ ਸਟਾਫ ਵਾਲੇ ਮੁੰਡੇ ਨੂੰ ਲੈ ਕੇ ਆਏ ਅਤੇ 11:22 'ਤੇ ਸੀਆਈ ਇੰਚਾਰਜ ਨਰਿੰਦਰ ਸਿੰਘ ਉੱਥੋਂ ਚਲੇ ਗਏ। 1:30 ਵਜੇ ਜਸਪਾਲ ਸਿੰਘ ਹਵਾਲਾਤ ਦੀ ਦੀਵਾਰ 'ਤੇ ਆਪਣੇ ਖੂਨ ਨਾਲ ਕੁਝ ਲਿਖਦਾ ਹੋਇਆ ਨਜ਼ਰ ਆਇਆ। ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਉੱਪਰ ਲੈਣ ਲਈ ਚਾਦਰ ਦਿੱਤੀ ਤਾਂ ਉਸ ਚਾਦਰ ਨੂੰ ਰੋਲ ਕਰਕੇ ਰੱਸੀ ਬਣਾ ਕੇ ਗਲੇ ਵਿੱਚ ਪਾ ਕੇ ਹਵਾਲਾਤ ਵਿੱਚ ਉਸਨੇ ਝੂਲਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਿੱਚ ਨਾਕਾਮ ਰਿਹਾ। ਦੂਸਰੀ ਵਾਰ ਫਿਰ ਤੋਂ ਜਸਪਾਲ ਸਿੰਘ ਨੇ ਖਿੜਕੀ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ, ਉਸ ਵਿੱਚ ਵੀ ਨਾਕਾਮ ਰਿਹਾ, ਜਿਸ ਤੋਂ ਬਾਅਦ ਸਵੇਰੇ 4 ਵਜੇ ਜਸਪਾਲ ਨੇ ਫਾਹਾ ਲਗਾ ਲਿਆ। ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਨਰਿੰਦਰ ਸਿੰਘ ਨੇ ਥਾਣੇ ਆ ਕੇ ਲਾਸ਼ ਨੂੰ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਪੂਰੀ ਸੀਸੀਟੀਵੀ ਦੇਖਣ ਤੋਂ ਬਾਅਦ ਵੀ ਪਰਿਵਾਰ ਇਸ ਮਾਮਲੇ 'ਤੇ ਪੁਲਿਸ 'ਤੇ ਸਵਾਲ ਚੁੱਕ ਰਿਹਾ। ਅਸੀਂ ਤਾਂ ਹਰਕਤ ਕਰਦਾ ਵਿਖਾਉਂਦੇ ਹਾਂ ਜੀ, ਹੋ ਸਕਦਾ ਡਰਾ ਕੇ ਵੀ ਹਰਕਤ ਕਰਾਈ ਜਾ ਸਕਦੀ ਹੈ, ਉਹਨਾਂ ਤੋਂ ਕੁਛ ਬਾਹਰ ਪਹਿਲਾਂ ਕਿਹਾ ਹੋਵੇ ਜੀ, ਜਿੱਥੇ ਉਹਨੇ ਫਾਇਆ ਲਿਆ ਉੱਥੇ ਇਹ ਸਾਡਾ ਕੈਮਰਾ ਨਹੀਂ ਜਾਂਦਾ ਜੀ। ਇੱਕ ਟੱਟੀ ਵਿੱਚ ਕੈਮਰਾ ਲਾ ਸਕਦੇ ਬੰਦੇ ਨੂੰ ਦੇਖਣ ਵਾਸਤੇ, ਜਿੱਥੇ ਬੰਦਾ ਫਾਹ ਲੈਂਦਾ ਪਿਆ ਉੱਥੇ ਸਾਡਾ ਕੈਮਰਾ ਨਹੀਂ। ਸਾਨੂੰ ਤਾਂ ਜਮ੍ਹਾਂ ਗਲਤ ਲੱਗਦਾ, ਝੂਠੀ ਖਬਰ ਆ ਜੀ ਇਹ ਸਾਰੀ। ਫਿਰ ਮੇਨ ਆ ਜਿਹੜੇ ਬੰਦੇ ਉਹਨੂੰ ਲੈ ਕੇ ਆਏ 3 ਜਣੇ ਜੀ, ਨਰਿੰਦਰ ਸਿੰਘ ਦੇ ਨਾਲ ਜਿਹੜੇ 2 ਬੰਦੇ ਆ ਉਹ ਵਿਖਾ ਨਹੀਂ ਰਹੇ ਜੀ। ਇਹ ਜਿਹੜੇ ਆਏ ਆ ਗੇਟ ਥਾਣੀ, ਉਹ ਇਹ ਦੂਜੇ ਗੇਟ ਥਾਣੀ ਆਏ ਆ ਜੀ। ਦੂਜੇ ਗੇਟ ਥਾਣੀ ਗੱਡੀ ਜਾਂਦੀ ਵਿਖਾਉਂਦੇ ਆ ਜੀ, ਜਦੋਂ ਲਾਸ਼ ਲੈ ਕੇ ਗਏ ਆ, ਫਿਰ ਉਹ ਬੰਦੇ ਵੀ ਦਿਸ ਸਕਦੇ ਆ ਜੀ ਜਿਹੜੇ ਉਹਦੇ ਨਾਲ ਆ, ਜਾਣੀ ਕਿ ਉਹ ਸੀਨੀਅਰ ਆ, ਉਹਨਾਂ ਨੇ ਸਾਹਮਣੇ ਲਿਆਉਣਾ ਨਹੀਂ ਜੀ। ਜਿਹੜੇ ਨਿੱਕੇ ਆ ਉਹਨਾਂ 'ਤੇ ਇਹਨਾਂ ਨੇ ਪਾਉਣਾ ਜੀ। ਮੇਨ ਇਹ ਆ ਜੀ, ਉਹਨਾਂ ਨੂੰ ਕਹੀ ਜਾਂਦੇ ਆ 2 ਆ ਜੀ, ਸੰਤਰੀ ਆ, ਫਾਨਾ ਜੀ, ਟੌਂਕਾ, ਉਹਨਾਂ ਦੇ ਨਾਂ ਲਈ ਜਾਂਦੇ ਜੀ। ਤੁਹਾਡਾ ਕੀ ਮੰਨਣਾ ਹੈ ਕਿ ਕੀ ਹੋ ਸਕਦੀ ਕਰਦਾ ਕਰਮ ਕੀ ਹੋ ਸਕਦਾ? ਸਾਨੂੰ ਤਾਂ ਇਹ ਲੱਗਦਾ ਇਹਨਾਂ ਨੇ ਮਾਰ ਕੇ ਉਹ ਹੋ ਸਕਦਾ ਸਾਡਾ ਸ਼ੋਰ ਹਰਕਤ ਕਰਦਾ, ਉਦੋਂ ਬਾਅਦ ਸੌਂ ਗਿਆ ਜੀ, 2-3 ਘੰਟੇ ਸੁੱਤਾ ਰਿਹਾ ਜੀ। ਸੋਚੋ 2-3 ਘੰਟੇ ਬੰਦਾ ਸੌਂ ਕੇ ਦੂਰੇ ਦਾ ਬੰਦਾ ਫਿਰ ਫਾਹ ਲੈ ਸਕਦਾ ਜੀ, ਸੋਚਣ ਵਾਲੀ ਗੱਲ ਆ ਜੀ। ਮੈਡਮਾਂ ਦਾ ਇੰਨੀ ਚਿਰ ਹੋ ਸਕਦਾ ਪਹਿਲਾਂ ਸ਼ੋਰ ਹਰਕਤ ਕਰਦਾ ਹੋਵੇ ਜੀ, ਹਰਕਤ ਕਰਨ ਤੋਂ ਬਾਅਦ 3 ਘੰਟੇ ਮੈਂ ਸੁੱਤਾ ਰਿਹਾ ਜੀ, ਫਿਰ ਇਹ ਐਂ ਨੂੰ ਗਿਆ ਚਲਾ, ਉਦੋਂ ਬਾਅਦ ਇਹਨੇ ਫਾਹ ਲੈ ਲਿਆ, ਜਦੋਂ ਇਹ ਡੈੱਡ ਬੋਡੀ ਲਾਈ ਉਹਨਾਂ ਨੇ ਉੱਤੇ ਕੱਪੜਾ ਪਾਤਾ ਜੀ। ਕਿਹਨੂੰ ਦੋਸ਼ੀ ਮੰਨਿਆ? ਉਹਦੇ 'ਚ ਇਹ ਦੱਸਦੇ ਵੀ ਦੋਵਾਂ ਦੇ ਨਾਂ ਲਿਖੇ, ਇੱਕ ਤਾਂ ਬੁੜੀ ਦਾ ਲਿਖਿਆ, ਇੱਕ ਰਘਵੀਰ ਸਿੰਘ ਉਹਦਾ ਨਾਂ ਲਿਖਿਆ ਜੀ। ਜਿਹੜੇ ਲੇਡੀ ਨੇ ਬੰਦੇ ਇਹ ਬੰਦੇ ਜਿਨ੍ਹਾਂ ਨੇ ਕਾਲ ਕਰਕੇ ਚੁਕਾਇਆ ਜੀ, ਉਹ ਆ ਜੀ ਦੋਵੇਂ ਜਾਣੇ, ਤੀਜੀ ਇਹਨਾਂ ਦੀ ਕੁੜੀ ਆ, 3 ਜਾਣੇ ਆ ਜੀ। ਉਹ ਤਾਂ ਐਂ ਕਰਦੇ ਲਿਖੇ ਵਿਖਾਉਂਦੇ ਹਿਸਾਬ ਲਓ ਬੇਟੀ ਛੇਤੀ ਆਏ ਆ, ਖੂਨ ਨਾਲ ਲਿਖਿਆ ਜਾ ਸਕਦਾ ਜੀ। ਫਿਰ ਮੰਨ ਲਓ ਖੂਨ ਨਾਲ ਲਿਖਿਆ ਵੀ ਆ, ਮੰਨ ਲਓ ਖੂਨ ਫਿਰ ਵੀ ਨਿਕਲੂਗਾ, ਪੱਟੀ ਵੀ ਬਣਦਾ, ਅਸਕਰ ਖੂਨ ਉਹਦੇ ਹੱਥ 'ਤੇ ਲੱਗਿਆ ਵੀ ਹੋਣਾ ਚਾਹੀਦਾ, ਉਹ ਤਾਂ ਉਵੇਂ ਤੁਰਿਆ ਫਿਰਦਾ ਜੀ। ਜਿਹੜਾ ਕੋਲ ਲਿਖਿਆ ਤੁਹਾਡਾ ਮੰਨਣਾ, ਉਹ ਵੀ ਡਾਊਟ ਆ? ਉਹ ਵੀ ਡਾਊਟ ਆ ਜੀ, ਜਮਾਂ ਪੂਰਾ ਜਿੰਨਾ ਵੀ ਸਾਡਾ ਸ਼ੋਰਾਂ ਦਾ ਜਿਹੜੀ ਉਹ ਸਿਮੂ ਲਿਖਿਆ, ਉਹ ਸਪੈਲਿੰਗ ਹੀ ਨਹੀਂ ਉਵੇਂ ਪਾਉਂਦਾ ਜੀ, ਉਹ ਸਿਮੂ ਅੱਖਾਂ ਮੀਟ ਕੇ ਵੀ ਪਾ ਸਕਦਾ ਜੀ, ਉਹਦੇ 'ਚ ਵੀ ਸਪੈਲਿੰਗ ਗਲਤ ਆ, ਉਹ ਐਂ ਪਾ ਹੀ ਨਹੀਂ ਸਕਦਾ ਜੀ। ਪੁਲਿਸ ਨੇ ਸੀਸੀਟੀਵੀ ਫੁਟੇਜ ਮੀਡੀਆ ਨੂੰ ਦਿਖਾਈ ਹੈ, ਪਰ ਵੀਡੀਓ ਦੇਣ ਤੋਂ ਇਨਕਾਰ ਕਰ ਦਿੱਤਾ। ਪੂਰੇ ਮਾਮਲੇ ਵਿੱਚ ਪੁਲਿਸ ਕਈ ਸਵਾਲਾਂ ਵਿੱਚ ਘਿਰ ਗਈ ਹੈ, ਜਿਸ ਦਾ ਜਵਾਬ ਪੁਲਿਸ ਕੋਲ ਨਹੀਂ ਹੈ। ਪਰਿਵਾਰ ਮੁਤਾਬਕ ਜਿੱਥੇ ਲੜਕੇ ਨੇ ਆਤਮ ਹੱਤਿਆ ਕੀਤੀ ਹੈ ਉੱਥੇ ਕੋਈ ਕੈਮਰਾ ਨਹੀਂ ਸੀ, ਜਦਕਿ ਜਦੋਂ ਲਾਸ਼ ਨੂੰ ਠਿਕਾਣੇ ਲਗਾਇਆ ਗਿਆ ਤਾਂ ਸੀਸੀਟੀਵੀ ਕੈਮਰਿਆਂ ਦੇ ਉੱਪਰ ਕੱਪੜਾ ਪਾ ਦਿੱਤਾ ਗਿਆ। ਸੀਸੀਟੀਵੀ ਜਿਹੜੀ ਰਿਕਾਰਡਿੰਗ ਹੈ ਉਹਨੂੰ ਸਾਨੂੰ ਪੈਨ ਡਰਾਈਵ 'ਚ ਪਾ ਕੇ ਦੇਖੋ, ਅਸੀਂ ਉਹਨੂੰ ਚੈੱਕ ਕਰਾਉਣਾ ਚਾਹੁੰਦੇ ਹਾਂ। ਉਹ 'ਚ ਕੋਈ ਟੈਂਪਰਿੰਗ ਹੋਈ ਆ, ਉਹਦੀ ਵੱਟੋ ਕੀਤੀ ਗਈ ਆ, ਉਹ SSP ਇਨਕਾਰ ਕਰ ਰਿਹਾ, ਕਹਿੰਦਾ ਅਸੀਂ ਦੇ ਨਹੀਂ ਸਕਦੇ। ਉੱਥੇ ਉਹ ਛੋਟੇ ਛੋਟੇ ਟੋਟਿਆਂ ਦੇ ਰੂਪ 'ਚ ਦਿਖਾ ਰਹੇ ਨੇ, ਵੱਟੋ ਕੇ ਦਿਖਾ ਰਹੇ ਨੇ, ਉਹ ਦਿਖਾ ਰਹੇ ਨੇ ਕਿ ਕਦੋਂ ਮੁੰਡਾ ਫਾਹਾ ਲੈਂਦਾ, ਇਹ ਵੀ ਨਹੀਂ ਦਿਖਾਇਆ ਜਾਂਦਾ। ਜਦੋਂ ਉਹਦੀ ਲਾਸ਼ ਨੂੰ ਲਾਇਆ ਜਾਂਦਾ ਉਦੋਂ ਕਹਿੰਦੇ ਕੈਮਰੇ ਦੇ ਅੱਗੇ ਅਸੀਂ ਪਰਦਾ ਪਾ ਦਿੱਤਾ ਸੀਗਾ ਪੁਲਿਸ ਨੇ, ਹੈ ਨਾ। ਇਕੱਲਾ ਬੰਦਾ ਤਾਂ ਨਹੀਂ,
ਜਿਹੜਾ ਨਰਿੰਦਰ ਸਿੰਘ ਗੋਲੀ ਮਾਰ ਕੇ ਖੁਦਕੁਸ਼ੀ ਕਰ ਗਿਆ, ਹੋ ਸਕਦਾ ਉਹਨੇ ਖੁਦਕੁਸ਼ੀ ਕੀਤੀ ਜਾਂ ਉਹਨੂੰ ਵੀ ਮਾਰਿਆ ਗਿਆ, ਇਹ ਵੀ ਗੱਲ ਸ਼ੱਕ ਦੇ ਘੇਰੇ 'ਚ ਹੈਗੀ ਆ। ਸੋ ਉਹ ਜਦੋਂ ਉਹ ਖੁਦਕੁਸ਼ੀ ਕਰਦਾ ਉਹਦੀ ਰਿਕਾਰਡਿੰਗ ਕਿੱਥੇ ਆ, ਉਹ ਵੀ ਦਿਖਾਈ ਜਾਵੇ ਕਿ ਉਹਨੇ ਗੋਲੀ ਆਪਣੇ ਆਪ ਮਾਰੀ ਆ ਜਾਂ ਉਹਨੂੰ ਗੋਲੀ ਕਿਸੇ ਨੇ ਮਾਰੀ ਆ। ਸੋ ਇਹ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ 'ਚ ਨੇ, ਸ਼ੱਕ ਦੇ ਘੇਰੇ 'ਚ ਨਹੀਂ, ਸ਼ੱਕ ਹੈ, ਸ਼ੱਕੀ ਆ ਗੱਲਾਂ। ਪੁਲਿਸ ਜਾਣ ਬੁੱਝ ਕੇ ਸਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸੰਘਰਸ਼ ਨੂੰ ਤਾਰਪਿੰਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅੱਡੋ ਅੱਡੀ ਬੰਦਿਆਂ ਨੂੰ ਪਾੜਨ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਨੇ, ਪਰ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਐਕਸ਼ਨ ਕਮੇਟੀ ਬਣਾ ਲਈ ਤਾਂ ਆਹ ਜਿਹੜਾ ਸੰਘਰਸ਼ ਹੈ ਇੱਥੋਂ ਤੱਕ ਉਹ ਪਹੁੰਚ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਜਸਪਾਲ ਸਿੰਘ ਨੇ ਮੌਤ ਤੋਂ ਪਹਿਲਾਂ ਦੀਵਾਰ 'ਤੇ ਖੂਨ ਦੇ ਨਾਲ ਕੁਝ ਲੋਕਾਂ ਦੇ ਨਾਮ ਲਿਖੇ ਸਨ, ਪਰ ਪਰਿਵਾਰ ਪੁਲਿਸ ਦੇ ਇਹਨਾਂ ਬਿਆਨਾਂ ਤੋਂ ਵੀ ਖੁਸ਼ ਨਹੀਂ ਹੈ। ਇਹਦੇ 'ਚ ਇੱਦਾਂ ਗੱਲ ਹੈ ਕਿ ਜਿਹੜੇ ਸਾਡੇ ਕੋਲ ਮਾਣਯੋਗ ਹਾਈਕੋਰਟ ਦੇ ਹੁਕਮਾਂ ਨਾਲ ਕੈਮਰੇ ਲੱਗੇ, ਸਾਰੇ ਥਾਣਿਆਂ ਦੀਆਂ ਹਵਾਲਾਤਾਂ 'ਚ, ਸਾਰੇ CI ਸਟਾਫ ਦੇ ਹਵਾਲਾਤਾਂ, ਔਰ ਉਹ ਕੈਮਰੇ ਲੋਕਡ ਨੇ। ਉਹ ਕੈਮਰਿਆਂ ਦੇ ਵਿੱਚ ਨਾ ਕੋਈ ਐਡੀਸ਼ਨ ਹੋ ਸਕਦੀ ਹੈ ਨਾ ਕੋਈ ਡਲੀਸ਼ਨ ਹੋ ਸਕਦੀ ਹੈ। ਉਹ ਅਸੀਂ ਕੈਮਰਾ ਜਦੋਂ ਉਹਦਾ ਪ੍ਰੋਪਰ ਪਾਸਵਰਡ ਲੈ ਕੇ ਉੱਪਰ ਸਿਟੀ ਅਥਾਰਟੀਜ਼ ਤੋਂ ਉੱਪਰੋਂ ਆ ਕੇ ਉਹਦੀ ਸਾਰੀ ਜਿਹੜੀ ਵੀਡੀਓ ਕਲਿੱਪ ਹੈ, ਜਿੰਨੀ ਰਿਕਾਰਡਿੰਗ ਹੈ ਸਾਡੇ ਕੋਲ, ਸਾਰੀ ਰਿਕਾਰਡਿੰਗ ਮੌਜੂਦ ਹੈ। ਸ਼ੁਰੂ ਤੋਂ ਲੈ ਕੇ ਜਦੋਂ ਤੋਂ ਲੜਕੇ ਨੂੰ ਇਹ ਰਾਊਂਡ ਅਪ ਕੀਤਾ ਗਿਆ ਸੀ ਪੁਲਿਸ ਪਾਰਟੀ ਵੱਲੋਂ, ਅਤੇ ਲਾਸਟ ਮੂਮੈਂਟ ਤੱਕ ਉਹਦੀ ਰਿਕਾਰਡਿੰਗ ਹੈ, ਔਰ ਉਹ ਅਸੀਂ ਸਾਰੀ ਅੱਜ ਸ਼ੇਅਰ ਕੀਤੀ ਹੈ। ਹਾਲਾਂਕਿ ਪੁਲਿਸ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਘੱਟ ਕਰਨ ਲਈ ਪਰਿਵਾਰ ਨੂੰ CCTV ਵਿਖਾ ਕੇ ਸੰਤੁਸ਼ਟ ਕਰਨਾ ਚਾਹੁੰਦੀ ਹੈ, ਪਰ ਪਰਿਵਾਰ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੱਚੇ ਦੇ ਕਤਲ ਦੇ ਪਿੱਛੇ ਕਈ ਹੋਰ ਲੋਕ ਜਿਨ੍ਹਾਂ ਨੂੰ ਪੁਲਿਸ ਬਚਾ ਰਹੀ ਹੈ। CCTV ਫੁਟੇਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਮਰੇ 'ਤੇ ਕੱਪੜਾ ਪਾ ਕੇ ਬੈਰਕ ਦੀ ਕੰਧ 'ਤੇ ਲਿਖੇ ਆਤਮ ਹੱਤਿਆ ਨੋਟ ਨੂੰ ਵੀ ਸਾਫ਼ ਕਰਵਾ ਦਿੱਤਾ ਗਿਆ। ਬੇਸ਼ੱਕ ਪੁਲਿਸ ਵੱਲੋਂ ਇਹ ਫੁਟੇਜ ਮ੍ਰਿਤਕ ਦੇ ਵਾਰਸਾਂ ਨੂੰ ਯਕੀਨ ਦਿਵਾਉਣ ਲਈ ਦਿਖਾਈ ਗਈ ਕਿ ਜਸਪਾਲ ਸਿੰਘ ਦੀ ਮੌਤ ਹਿਰਾਸਤ ਵਿੱਚ ਕਿਸੇ ਕਿਸਮ ਦੀ ਥਰਡ ਡਿਗਰੀ ਜਾਂ ਫਿਰ ਮਾਰਕੁੱਟ ਕਰਨ ਨਾਲ ਨਹੀਂ ਹੋਈ ਹੈ, ਪਰ ਮ੍ਰਿਤਕ ਜਸਪਾਲ ਸਿੰਘ ਦੇ ਵਾਰਸਾਂ ਨੇ ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਆਖੀ ਹੈ। ਫਰੀਦਕੋਟ ਤੋਂ ਗੁਰਜੀਤ ਰੁਮਾਨਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।